ਵਿਦਿਆਰਥੀਆਂ ਲਈ ਕੈਨੇਡਾ ਨੇ ਬਦਲੇ ਰੂਲ। ਹੁਣ ਇੱਕ ਤੋਂ ਦੂਜੀ ਯੂਨੀਵਰਸਿਟੀ ਦੇ ਵਿੱਚ ਨਹੀਂ ਕਰ ਸਕਣਗੇ ਵਿਦਿਆਰਥੀ ਅਪਲਾਈ। ਜੀ ਹਾਂ, ਕੈਨੇਡਾ ਸਰਕਾਰ ਵੱਲੋਂ ਲਗਾਤਾਰ ਪ੍ਰਵਾਸੀਆਂ ਨੂੰ ਲੈ ਕੇ ਰੂਲ ਦੇ ਵਿੱਚ ਤਬਦੀਲੀ ਕੀਤੀ ਜਾ ਰਹੀ ਹੈ। ਉੱਥੇ ਹੀ ਹੁਣ ਕੈਨੇਡਾ ਸਰਕਾਰ ਨੇ ਵਿਦਿਆਰਥੀਆਂ ਨੂੰ ਲੈ ਕੇ ਵੱਡਾ ਐਲਾਨ ਕੀਤਾ। ਕੈਨੇਡਾ ਸਰਕਾਰ ਨੇ ਵਿਦਿਆਰਥੀਆਂ ਨੂੰ ਇੱਕ ਯੂਨੀਵਰਸਿਟੀ ਤੋਂ ਦੂਜੀ ਯੂਨੀਵਰਸਿਟੀ ਬਦਲਣ ਦੇ ਲਈ ਹੁਣ ਰੂਲਸ ਵਿੱਚ ਤਬਦੀਲੀ ਕਰ ਦਿੱਤੀ ਹੈ। ਇੱਥੇ ਇਹ ਵੀ ਦੱਸਦੀ ਕਿ ਭਾਰਤੀ ਮੂਲ ਦੇ ਨਾਲ ਜੁੜੇ ਵਿਦਿਆਰਥੀਆਂ ਲਈ ਇੱਕ ਵੱਡਾ ਝਟਕਾ। ਉੱਧਰ ਇਸ ਨੂੰ ਲੈ ਕੇ ਵੀਜ਼ਾ ਐਕਸਪਰਟ ਨਿਤਿਨ ਚਾਵਲਾ ਦੇ ਨਾਲ ਖਾਸ ਗੱਲਬਾਤ ਕੀਤੀ ਗਈ, ਜਿਸ ਦੌਰਾਨ ਉਹਨਾਂ ਨੇ ਜ਼ਿਕਰ ਕੀਤਾ ਹੈ ਕਿ ਵਿਦਿਆਰਥੀਆਂ ਨੂੰ ਜਿੱਥੇ ਇੱਕ ਵੱਡਾ ਝਟਕਾ ਲੱਗਾ, ਉੱਥੇ ਹੀ ਉਹਨਾਂ ਨੂੰ PR ਲੈਣ ਵਿੱਚ ਵੀ ਬਹੁਤ ਪਰੇਸ਼ਾਨੀ ਹੋ ਸਕਦੀ ਹੈ। ਉਹਨਾਂ ਕਿਹਾ ਜੇਕਰ ਯੂਨੀਵਰਸਿਟੀ ਵਿਦਿਆਰਥੀ ਬਦਲਦਾ ਹੈ ਤਾਂ ਉਸਨੂੰ ਸਾਰੇ ਨੋਰਮਸ ਪੂਰੇ ਕਰਨੇ ਹੋਣਗੇ। ਜੇਕਰ ਇਹ ਨੋਰਮਸ ਪੂਰੇ ਨਾ ਹੋਏ ਤਾਂ 30 ਦਿਨਾਂ ਦੇ ਅੰਦਰ ਉਸਨੂੰ ਭਾਰਤ ਵਾਪਸ ਭੇਜ ਦਿੱਤਾ ਜਾਵੇਗਾ। ਦੇਖੋ, ਕੈਨੇਡਾ ਤਾਂ ਪਿਛਲੇ ਇੱਕ ਸਾਲ ਤੋਂ ਲਗਾਤਾਰ ਰੂਲਸ ਦੇ ਵਿੱਚ ਜਿਹੜੇ ਚੇਂਜਿਸ ਉਹ ਲਿਆਈ ਜਾ ਰਿਹਾ ਹੈ ਨਾ, ਹਰ ਮਹੀਨੇ ਹਰ ਹਫ਼ਤੇ ਹੀ ਨਵੇਂ ਰੂਲਸ ਜਿਹੜੇ ਆ ਜਾਂਦੇ ਨੇ। ਅੱਜ ਜਿਹੜੇ ਰੂਲ ਆਏ ਨੇ ਉਹ 3 ਰੂਲ ਇਹਨਾਂ ਨੇ ਨਵੇਂ ਚੇਂਜ ਕੀਤੇ ਨੇ। ਪਹਿਲੀ ਗੱਲ ਤਾਂ ਇਹ ਵਾ ਕਿ ਪੋਸਟ ਸਟੱਡੀ ਵਰਕ ਪਰਮਿਟ ਜਿਹੜਾ ਹੈ ਉਹਦੇ ਵਿੱਚ ਹੁਣ ਪ੍ਰੋਬਲਮ ਆਏਗੀ ਬੱਚਿਆਂ ਨੂੰ। ਬੱਚੇ ਦਾ ਜਿਹੜੇ ਲਿਮਿਟਿਡ ਪ੍ਰੋਗਰਾਮਸ ਉਹਨਾਂ ਨੇ ਰਿਲੀਜ਼ ਕਰਤੇ ਹੈ, ਲਿਸਟ ਇਸ਼ੂ ਕਰਤੀ ਹੈ ਕਿ ਜਿਹੜਾ ਬੱਚਾ ਉਹਨਾਂ ਪ੍ਰੋਗਰਾਮ 'ਚ ਹੀ ਪੜ੍ਹੇਗਾ ਉਹਨੂੰ ਹੀ ਸਿਰਫ ਪੋਸਟ ਸਟੱਡੀ ਵਰਕ ਪਰਮਿਟ ਮਿਲੇਗਾ। ਹੁਣ ਹਰ ਬੱਚੇ ਨੂੰ ਪੋਸਟ ਸਟੱਡੀ ਵਰਕ ਪਰਮਿਟ ਨਹੀਂ ਮਿਲੇਗਾ, ਪਹਿਲੀ ਗੱਲ। ਦੂਸਰਾ ਰੂਲ ਇਹਨਾਂ ਨੇ ਚੇਂਜ ਕੀਤਾ ਕਿ ਤੁਸੀਂ ਕਾਲਜ ਨਹੀਂ ਛੱਡ ਸਕਦੇ ਉੱਥੇ ਜਾ ਕੇ। ਜੇ ਤੁਸੀਂ ਜ਼ਿਆਦਾਤਰ ਬੱਚਾ ਕੀ ਕਰਦਾ ਸੀ, ਉੱਥੇ ਕਾਲਜ ਚੇਂਜ ਕਰ ਲੈਂਦਾ ਸੀਗਾ, ਹੁਣ ਕਾਲਜ ਨਹੀਂ ਚੇਂਜ ਕੀਤਾ ਜਾ ਸਕਦਾ ਕਿਸੇ ਵੀ ਕੰਡੀਸ਼ਨ ਦੇ ਨਾਲ। ਜੇ ਬੱਚਾ ਕਾਲਜ ਚੇਂਜ ਕਰਦਾ ਤਾਂ ਉਹਨੂੰ ਦੁਬਾਰਾ ਵੀਜ਼ਾ ਅਪਲਾਈ ਕਰਨਾ ਪਵੇਗਾ। ਦੁਬਾਰਾ ਵੀਜ਼ਾ ਅਪਲਾਈ ਕਰਨ ਤੋਂ ਬਾਅਦ ਜੇ ਉਹਦਾ ਵੀਜ਼ਾ ਉਹਨਾਂ ਨੇ ਨਹੀਂ ਦਿੱਤਾ ਤਾਂ ਫਿਰ ਵੀਜ਼ਾ ਰਿਫਿਊਜ਼ ਹੋ ਜਾਏਗਾ ਅਤੇ ਉਹਨੂੰ ਵਾਪਸ ਆਉਣਾ ਪਵੇਗਾ 30 ਦਿਨ ਦੇ ਅੰਦਰ ਆਪਣੇ ਦੇਸ਼ ਦੇ ਵਿੱਚ ਵਾਪਸ ਆਉਣਾ ਪਵੇਗਾ। ਸੋ ਇਹ ਨਵੇਂ ਰੂਲਸ ਜਿਹੜੇ ਨੇ ਆਏ ਨੇ ਇਹਨਾਂ ਦੇ ਕਰਕੇ ਬੱਚਿਆਂ ਨੂੰ ਪ੍ਰੋਬਲਮ ਆ। ਦੇਖੋ, ਇਲੈਕਸ਼ਨ ਆ, ਜੀ ਹਾਂ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਤਾਂ ਇਲੈਕਸ਼ਨਸ ਆਉਣ ਵਾਲੇ ਨੇ। ਅਕਤੂਬਰ 2025 ਦੇ ਵਿੱਚ ਇਲੈਕਸ਼ਨ ਆ ਰਹੇ ਨੇ ਕੈਨੇਡਾ ਦੇ ਵਿੱਚ, ਉਹਦੇ ਕਰਕੇ ਸਾਰੀਆਂ ਜਿਹੜੀਆਂ ਚੇਂਜਸ ਨੇ। ਇਲੈਕਸ਼ਨਾਂ ਤੋਂ ਬਾਅਦ ਫਿਰ ਨਵੀਂ ਜਿਹੜੀ ਸਰਕਾਰ ਆਏਗੀ ਉਹ ਸਰਕਾਰ ਜੋ ਚੇਂਜਸ ਕਰਦੀ ਹੈ ਉਸ ਹਿਸਾਬ ਨਾਲ ਹੀ ਸਾਨੂੰ ਚੱਲਣਾ ਪਏਗਾ। ਇੱਕ ਸਰ ਇਹ ਵੀ ਸੁਣਨ 'ਚ ਆ ਰਿਹਾ ਕਿ ਪ੍ਰਵਾਸੀ ਭਾਰਤੀਆਂ ਦੀ ਉੱਥੇ ਗਿਣਤੀ ਜ਼ਿਆਦਾਤਰ ਵੱਧ ਗਈ ਹੈ, ਤਾਂ ਕਿਤੇ ਨਾ ਕਿਤੇ ਇਸ ਨੂੰ ਲੈ ਕੇ ਜਿਹੜਾ ਟਰੂਡੋ ਸਰਕਾਰ ਦੇ ਵੱਲੋਂ ਲਗਾਤਾਰ ਯਤਨ ਕੀਤੇ ਜਾ ਰਹੇ ਨੇ ਕਿ ਦੇਖੋ ਇਸ ਤਰ੍ਹਾਂ ਦੀ ਤਾਂ ਕੋਈ ਸ਼ੱਕ ਨਹੀਂ ਹੈ। ਪਹਿਲੇ ਤਾਂ ਅੰਨੇਵਾਹ ਇਹਨਾਂ ਨੇ ਸਟੂਡੈਂਟਸ ਨੂੰ ਵੀਜ਼ਾ ਦਿੱਤੇ ਅਤੇ ਹਰ ਬੰਦੇ ਨੂੰ ਵੀਜ਼ਾ ਦਿੱਤੇ ਨੇ, ਉਸ ਵੇਲੇ ਤਾਂ ਸਰਕਾਰ ਨੇ ਕੁਝ ਵੀ ਪਲੈਨ ਨਹੀਂ ਕੀਤਾ। ਇਹ ਵਿਦਾਊਟ ਪਲੈਨਿੰਗ ਇਹਨਾਂ ਨੇ ਲੱਖਾਂ ਹੀ ਬੰਦਿਆਂ ਨੂੰ ਆਪਣੇ ਦੇਸ਼ ਦੇ ਵਿੱਚ ਐਂਟਰੀ ਦੇ ਦਿੱਤੀ ਹੈ। ਇਹਨਾਂ ਦੇ ਕੋਲ ਕਿਤੇ ਜਗ੍ਹਾ ਦਾ ਇੰਤਜ਼ਾਮ ਨਹੀਂ ਸੀਗਾ, ਰਹਿਣ ਦੇ ਬੱਚਿਆਂ ਦਾ ਉੱਥੇ ਇੰਤਜ਼ਾਮ ਨਹੀਂ ਸੀਗਾ, ਕਾਲਜਿਸ ਦੇ ਵਿੱਚ ਵੀ ਸੀਟਾਂ ਨਹੀਂ ਸੀਗੀਆਂ, ਉਹਦੇ ਬਾਵਜੂਦ ਵੀ ਇਹਨਾਂ ਨੇ ਸੀਟਾਂ ਜ਼ਿਆਦਾ ਦੇ ਦਿੱਤੀਆਂ। ਤਾਂ ਜਿੰਨੀਆਂ ਕੁ ਸੀਟਾਂ ਇਹਨਾਂ ਕੋਲ ਸੀਗੀਆਂ ਉਹਨਾਂ ਨੂੰ ਵੱਧ ਐਪਲੀਕੇਸ਼ਨ ਇਹਨਾਂ ਨੇ ਚੱਕੀਆਂ, ਇਸ ਦਾ ਨਤੀਜਾ ਜਿਹੜਾ ਹੁਣ ਭੁਗਤਣਾ ਪੈ ਰਿਹਾ ਬੱਚਿਆਂ ਨੂੰ। ਹੁਣ ਜਦੋਂ ਇਹਨਾਂ ਨੂੰ PR ਦੇਣ ਦਾ ਸਮਾਂ ਆਇਆ ਹੈ ਜਾਂ ਵਰਕ ਪਰਮਿਟ ਦੇਣ ਦਾ ਸਮਾਂ ਆਇਆ, ਇਸ ਟਾਈਮ 'ਤੇ ਆ ਕੇ ਇਹਨਾਂ ਨੇ ਅੱਖਾਂ ਫੇਰਨੀਆਂ ਸ਼ੁਰੂ ਕਰਤੀਆਂ। ਸਰ, ਸਮਾਂ ਵੀ ਕੁਛ ਲਿਮਿਟੇਸ਼ਨ ਕੀਤੀ ਗਈ ਹੈ, 20 ਘੰਟੇ ਦਾ ਹੁਣ? ਹਾਂ, ਉਹ ਇੱਕ ਫਾਇਦਾ ਹੋਇਆ ਬੱਚਿਆਂ ਦਾ ਕਿ ਜਿਹੜੇ ਬੱਚੇ 20 ਘੰਟੇ ਪਹਿਲੇ ਹਫ਼ਤੇ 'ਚ ਕੰਮ ਕਰਦੇ ਸੀਗੇ ਉਹ 24 ਘੰਟੇ ਹਫ਼ਤੇ 'ਚ ਕੰਮ ਕਰ ਸਕਦੇ ਨੇ। ਅਫੈਕਟਡ ਬੈਡਲੀ ਹੈ ਜੀ, ਇਹਦੇ 'ਚ ਤਾਂ ਕੋਈ ਸ਼ੱਕ ਨਹੀਂ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਬੱਚਾ ਜਿਹੜਾ ਹੈ ਉਹ ਦੂਜੀਆਂ ਕੰਟਰੀਆਂ ਵੱਲ ਰੁੱਖ ਕਰੇਗਾ। ਅੱਜ ਬੱਚਾ ਫਰਾਂਸ ਵੱਲ, ਅੱਜ ਬੱਚਾ ਜਰਮਨੀ ਵੱਲ, UK ਵੱਲ, ਆਸਟ੍ਰੇਲੀਆ ਵੱਲ ਤੁਰਨਾ ਸ਼ੁਰੂ ਹੋ ਗਿਆ, ਅੱਜ ਬੱਚੇ ਨੇ ਕੈਨੇਡਾ ਵੱਲੋਂ ਮੂੰਹ ਮੋੜ ਲਿਆ ਆਪਣਾ। ਲੱਗਦਾ ਸਰ ਕੁਛ ਬੱਚੇ ਜਿਹੜੇ ਆ ਵਾਪਸ ਵੀ ਆ ਸਕਦੇ ਨੇ, ਕਿਉਂਕਿ ਹਾਂ ਅਦਾ ਬਹੁਤ ਸਾਰਾ ਬੱਚਾ ਵਾਪਸ ਆਏਗਾ ਜੀ, ਕਿਉਂਕਿ ਜਿਹੜੇ ਬੱਚਿਆਂ ਨੂੰ ਉੱਥੇ PR ਨਹੀਂ ਮਿਲੀ ਹੈ ਉਹਨਾਂ ਨੂੰ ਉਹਨਾਂ ਨੇ ਸਾਫ਼ ਕਹਿਤਾ ਕਿ ਤੁਸੀਂ ਤਾਂ ਵੇਟ ਨਹੀਂ ਕਰ ਸਕਦੇ ਹੋ, ਉਹਦੇ ਬਾਵਜੂਦ ਉਹਨਾਂ ਨੂੰ ਫਿਰ ਵਾਪਸ ਆਉਣਾ ਪਊਗਾ। ਲੁਧਿਆਣਾ ਲਾਈਵ ਲਈ ਸੁਰਿੰਦਰ ਸੋਨੀ ਦੀ ਰਿਪੋਰਟ।